Bolo Yesu Masih ki. Jai. Yesu Masih ki. Jai. Yesu Masih ki. Jai. Hallelujah. Praise the Lord. We are going for fellowship. Rifakat ke liye ja rahe hain. Aur main chahti hoon ki aap hamare saath rahein. Khuda baap aapko bahut barkat deta hai in program. मती रचित सुसमाचार 11 अध्याय 28, 29 और 30 वचन में प्रभु यीशु ने कहा, हे सब परिश्रम करने वालों और बोझ से दबे हुए लोगों, मेरे पास आओ, मैं तुम्हें विश्राम दूंगा। मेरा जुआ अपने ऊपर उठा लो और मुझसे सीखो, क्योंकि मैं नम्र और मन में दीन हूँ, और तुम अपने मनों में विश्राम पाओगे, क्योंकि मेरा जुआ सहज और मेरा बोझ हल्का है। तुझे सजदा करूं मैं सुबह शाम, तुझे सजदा करूं मैं सुबह शाम। चाहता हूं यीशु अबदी आराम, चाहता हूं यीशु अबदी आराम। मेरे गुनाह यीशु माफ कर दे, मेरा ज़मीर यीशु साफ कर दे। मेरे गुनाह यीशु माफ कर दे, मेरा ज़मीर यीशु साफ कर दे। बिगड़े बना दे सारे काम, बिगड़े बना दे सारे काम। चाहता हूँ यीशु अबदी आराम, चाहता हूँ यीशु अबदी आराम। तुझे सजदा करूँ मैं सुबह शाम, तुझे सजदा करूँ मैं सुबह शाम। चाहता हूँ यीशु अबदी आराम, चाहता हूँ यीशु अबदी आराम। यीशु तू जिंदा है, जिंदगी तू देता है, मुर्दा रूहों में यीशु सांसें शाम, तुझे सजदा करूं मैं सुबह शाम। चाहता हूं यीशु अबदी आराम, चाहता हूं यीशु अबदी आराम। यीशु का प्यार सारे जग से निराला है, गुनाहों की राहों से मुझको निकाला है। यीशु का प्यार सारे जग से निराला है, गुनाहों की राहों से मुझको निकाला है। फर्स्ट टाइम वाला है यीशु ना। सो वी कीप द व्यूअर्स विद अस।
वाला है ये सुना। ਆਪਾਂ ਕਹਿ ਸਕਦੇ ਹਾਂ ਆਪਣੇ ਪਿਆਰਿਆਂ ਦੇ ਲਈ ਆਪਾਂ ਤੋਹਫੇ ਦਿੰਦੇ ਹਾਂ ਇੱਕ ਦੂਜੇ ਨੂੰ। ਦੱਸੋ ਤੁਸੀਂ ਲੈ ਕੇ ਜਾ ਰਹੇ ਹੋ ਸਾਨੂੰ, ਔਰ ਰੋਡ ਦਾ ਨਾਮ ਕੀ ਹੈਗਾ? ਇਹ ਰੋਡ ਦਾ ਨਾਮ ਹੈਗਾ ਆ ਕਿੰਬੋਲਟਨ ਰੋਡ। ਅੱਛਾ ਜੀ। ਅਤੇ ਇਹ ਜਿੱਥੋਂ ਤੁਹਾਨੂੰ ਮੈਂ ਟੈਸਟਮਨੀ ਦੇ ਵਿੱਚ ਇੱਕ ਵਾਰੀ ਦੱਸਿਆ ਸੀ ਨਾ ਵੀ ਕਮਲੇਸ਼ ਨੇ ਕਿਹਾ ਸੀਗਾ ਵੀ ਸਾਨੂੰ ਘਰ ਮਿਲਿਆ ਪਾਰਕ ਐਵਨਿਊ ਤੇ। ਹਾਂਜੀ ਹਾਂਜੀ ਹਾਂਜੀ। ਆ ਦੇਖ ਲਓ ਨਿਕਲ ਕੇ ਆ ਪਾਰਕ ਐਵਨਿਊ। ਆਲਰਾਈਟ। ਅੱਛਾ ਜੀ, ਠੀਕ ਹੈ। ਅੱਛਾ, ਤੇ ਕੀ ਸਪੈਸ਼ਲਿਟੀ ਇਸ ਰੋਡ ਦੀ ਜਿਹੜਾ ਪਾਰਕ ਐਵਨਿਊ? ਇਸ ਤੇ ਬੈਡਫੋਰਡ ਜਿਹੜੀ ਸਾਰਿਆਂ ਨਾਲੋਂ ਵੱਡੀ ਪਾਰਕ ਹੈ ਨਾ, ਬੈਡਫੋਰਡ ਪਾਰਕ, ਇਸ ਰੋਡ ਤੇ ਬੈਡਫੋਰਡ ਪਾਰਕ ਆ। ਅੱਛਾ ਜੀ, ਠੀਕ ਹੈ। ਹਾਂਜੀ, ਓਕੇ। ਤੇ ਉਦਾਂ ਹੈਗਾ ਆ ਏਰੀਆ ਜਿੱਦਾਂ ਹੈਗਾ ਆ ਜਿੱਦਾਂ ਫਸਟ ਕਲਾਸ ਏਰੀਆ ਆ ਜਾਂਦਾ, ਇਸ ਕਰਕੇ ਠੀਕ ਹੈ। ਮਹਿੰਗੇ ਘਰ ਹੈ, ਮਹਿੰਗੇ ਘਰ ਆ। ਤੁਹਾਨੂੰ ਦੱਸਿਆ ਸੀ ਜਿੱਦਾਂ ਟੈਸਟਮਨੀ ਤੇ ਵੀ ਅਸੀਂ ਕਹਿੰਦੇ ਸੀ ਅਸੀਂ ਤਾਂ ਫੋਰਡ ਹੀ ਨਹੀਂ ਕਰ ਸਕਦੇ, ਸੋਚ ਵੀ ਨਹੀਂ ਸਕਦੇ, ਪਰ ਖੁਦਾ ਜਿਹੜਾ ਨਾ ਉਹ ਸਾਰਾ ਕੁਝ ਤੁਹਾਡੇ ਲਈ ਕਰ ਸਕਦਾ। ਤੇ ਇਸ ਕਰਕੇ ਰਾਈਟ ਅਸੀਂ ਜਦੋਂ ਦਾ ਹੁਣ ਘਰ ਲਿਆ ਹੋਇਆ, ਫੈਮਿਲੀ ਆ, ਦੋ ਬੱਚੀਆਂ ਸਾਡੀਆਂ ਨਾਲ, ਅਸੀਂ ਬਹੁਤ ਖੁਸ਼ ਹਾਂ। ਆਮੇਨ, ਪ੍ਰੇਜ਼ ਦ ਲਾਰਡ। ਤੇ ਘਰ ਦੇ ਵਿੱਚ ਮੀਟਿੰਗ ਵੀ ਹੁੰਦੀਆਂ ਰਹਿੰਦੀਆਂ ਜਦੋਂ ਦੇ ਅਸੀਂ ਮੂਵ ਹੋਏ ਹਾਂ, ਪ੍ਰੇਅਰ ਮੀਟਿੰਗਸ ਤੇ ਹੋਰ ਜਿੱਦਾਂ ਗਲੋਰੀ ਪ੍ਰੋਗਰਾਮ ਦੇ ਵੀ ਅਸੀਂ ਕੀਤੇ ਆ। ਤੇ ਜਿੱਦਾਂ ਕੋਈ ਨਾ ਕੋਈ ਆਪਣਾ ਕ੍ਰਿਸਚਨ ਕ੍ਰਿਸਚਨ ਹੈ ਨਾ, ਜਿਹੜੇ ਬ੍ਰਦਰ ਸਿਸਟਰ ਆ, ਕੋਈ ਨਾ ਕੋਈ ਆਪਣੇ ਫੈਲੋਸ਼ਿਪ ਕਰਦੇ ਰਹਿੰਦੇ ਸੀ। ਖੁਸ਼ੀਆਂ ਦੇ ਵਣ ਵਾਲਾ ਯੇਸੂ ਤੇ ਮੈਂ ਲੱਖ ਲੱਖ ਸ਼ੁਕਰ ਮਨਾਵਾਂ, ਉਹ ਹਰ ਵੇਲੇ ਉਹਦੀ ਸਿਫਤ ਦੇ, ਮੈਂ ਤੇ ਗੀਤ ਸਦਾ ਹੀ ਗਾਂ। ਆਪਣੇ ਵਿੱਚ ਹੋ ਕੇ ਅਸੀਂ ਹਮੇਸ਼ਾ ਤੁਹਾਡੇ ਵਿੱਚ ਆਨੰਦ ਔਰ ਖੁਸ਼ੀ। ਆਈ ਨੋ ਕਿ ਤੁਸੀਂ ਦੋਨੋਂ ਵੈਜੀਟੇਰੀਅਨ ਹੋ ਕਮਲੇਸ਼? ਨਹੀਂ, ਤੁਸੀਂ ਨੋਨ ਵੈਜੀਟੇਰੀਅਨ ਲੈਂਦੇ? ਨੋਨ ਵੈਜੀਟੇਰੀਅਨ 'ਚ ਕੀ ਪਸੰਦ ਕਰਦੇ? ਚਿਕਨ, ਲੈਮ, ਰੈਡ ਮੀਟ ਕੀ ਪਸੰਦ ਹੈ? ਚਿਕਨ ਕਰੀ ਰੋਸਟ ਤੁਹਾਨੂੰ ਜ਼ਿਆਦਾ ਪਸੰਦ ਹੈ? ਯੂ ਲਾਈਕ ਮੀ? ਆਈ ਲਾਈਕ, ਮਤਲਬ ਅਗਰ ਦਿਲ ਕਰੇ ਤਾਂ ਫਿਰ ਰੋਸਟ ਪਸੰਦ ਹੈ। ਵਾਟ ਅਬਾਊਟ ਯੂ ਸ਼ੰਗੀ? ਆਈ ਨੋ ਯੂ ਆਰ ਵੈਜੀਟੇਰੀਅਨ। ਵੈਲ, ਮੈਂ ਤਾਂ ਕਦੋਂ ਦੀ ਵੈਜੀਟੇਰੀਅਨ ਤੁਸੀਂ ਹੋ ਸ਼ੁਰੂ ਤੋਂ? ਅਸੀਂ ਜਦੋਂ ਪੰਜਾਬ ਦੇ ਵਿੱਚ ਸੀਗੇ ਉਦੋਂ ਉੱਥੇ ਸਾਡੇ ਨਾਲ ਹੈਗਾ ਆ ਪਿੰਡ ਸ਼ਹਿਰ ਕਰਤਾਰਪੁਰ, ਉੱਥੇ ਗਏ ਸੀਗੇ। ਉਹਨਾਂ ਨੇ ਮੀਟ ਜਿਹੜਾ ਬੱਕਰਾ ਨਾ ਸ਼ਿੰਗਲ ਲਾ ਕੇ ਟੰਗਿਆ ਹੋਇਆ ਸੀ, ਉਹਦੇ ਖੂਨ ਚੋਂਦਾ ਸੀ, ਉਹਨੇ ਇੱਕਦਮ ਮੇਰਾ ਜੀ ਹੈ ਨਾ ਖਰਾਬ ਕਰ ਦਿੱਤਾ। ਮੁੜ ਕੇ ਜਾ ਕੇ ਮੈਂ ਕਿਹਾ ਮੈਂ ਤਾਂ ਨਹੀਂ ਮੀਟ ਖਾਣਾ, ਮੈਂ ਦੇਖ ਲਿਆ ਜਦੋਂ, ਤੇ ਮੁੜ ਕੇ ਮੈਂ ਮੀਟ ਖਾਧਾ ਜੀ। ਜਦੋਂ ਇੰਗਲੈਂਡ ਦੇ ਵਿੱਚ ਆਏ ਆ, ਮੇਰਾ ਡੈਡ ਬਹੁਤ ਫੋਰਸ ਕਰਦਾ ਸੀ ਮੈਨੂੰ ਤੇ ਕਹਿੰਦਾ ਸੀ ਵੀ ਮੀਟ ਹੈ ਨਾ ਤੈਨੂੰ ਇੱਥੇ ਖਾਣਾ ਪੈਣਾ ਰਹਿਣ ਦੇ ਲਈ, ਕਿਉਂਕਿ ਇੱਥੇ ਠੰਡ ਬਹੁਤ ਆ, ਪਰ ਮੈਂ ਆਪਣੀ ਜਿੱਦ ਨਹੀਂ ਛੱਡੀ। ਅੱਛਾ, ਨਹੀਂ ਖਾਧਾ? ਪਰ ਮੈਂ ਮੀਟ ਨਹੀਂ ਖਾਧਾ ਤੇ ਵੈਜੀਟੇਰੀਅਨ। ਆਈ ਲਵ ਮਾਈ ਵੈਜੀਟੇਰੀਅਨ। ਬਟ ਯੋਰਸੈਲਫ ਨਾ, ਕਿੱਦਾਂ ਤੁਸੀਂ ਮਿਲੇ ਪਹਿਲਾਂ ਦੱਸੋ ਮੈਨੂੰ, ਕਿੱਦਾਂ ਮਿਲੇ ਸੀਗੇ? ਸਾਡੇ ਰਿਸ਼ਤੇਦਾਰ ਸੀ, ਉਹਨਾਂ ਨੇ ਇੰਟਰੋਡਿਊਸ ਕੀਤਾ ਸੀ ਵੀ ਨਾ ਜੇ ਵੀ ਵਿਆਹ ਕਰਾਉਣਾ ਤਾਂ ਅਸੀਂ ਵੀ ਗੱਲਬਾਤ ਛੇੜ ਦਿੰਦੇ ਹਾਂ। ਅੱਛਾ, ਤੁਸੀਂ ਕਿਹਾ ਹੋਲਡ ਹੋਈ ਦੈਨ? ਨਹੀਂ, ਮਸਟ ਬੀ ਬੈਕ ਫਨੀ ਹੈ। ਓਕੇ, ਠੀਕ ਹੈ। ਅੱਛਾ, ਫਿਰ ਤੇ ਮੈਂ ਤਾਂ ਦੇਖਿਆ ਨਹੀਂ ਸੀ ਕਮਲੇਸ਼ ਨੂੰ। ਅੱਛਾ,
ਤੇ ਫੋਟੋ ਹੀ ਸੀਗੀ ਪਹਿਲਾਂ ਪੁਰਾਣਿਆਂ ਦੇ ਫੋਟੋ ਹੀ ਕਰਦੇ ਸੀ ਤਾਂ ਇਹਨੂੰ ਵੀ ਕਮਲੇਸ਼ ਨੇ ਵੀ ਫੋਟੋ ਦੇ ਮੈਨੂੰ ਦੇਖਿਆ ਸੀ ਅੱਛਾ ਇਹ ਦੇਖੋ ਵੀ ਇੱਕ ਦੂਜੇ ਨੂੰ ਪਸੰਦ ਆ ਰਿਹਾ ਅੱਛਾ ਨਹੀਂ ਜਦੋਂ ਫੋਟੋ ਦੇਖੀ ਤੁਸੀਂ ਕੀ ਕੀ ਰਿਐਕਸ਼ਨ ਸੀਗਾ ਤੁਹਾਡਾ ਤੁਸੀਂ ਕਿੱਦਾਂ ਦੇ ਸੋਚਿਆ ਮੈਂ ਕਿਹਾ ਨੋ ਪ੍ਰੋਬਲਮ ਠੀਕ ਹੈ ਗੱਲ ਕੀਤੇ ਤੋਂ ਬਗੈਰ ਸਾਰਾ ਕੁਝ ਠੀਕ ਹੈ ਮੈਂ ਇਹ ਵੀ ਨਹੀਂ ਕਹਿ ਚੱਲੂ ਨਹੀਂ ਮੈਂ ਕਿਹਾ ਦੌੜੂਗੀ ਵਟ ਬਾਈ ਯੂ ਕਮਲੇਸ਼ ਜੇ ਫੋਟੋ ਦੇਖੀ ਮੈਂ ਤਾਂ ਕੁਛ ਨਹੀਂ ਕਿਹਾ ਪੇਰੈਂਟਸ ਤੇ ਸੀ ਮੇਰੀ ਸਾਰੀ ਗੱਲ ਹੈ ਨਾ ਮਮ ਐਂਡ ਡੈਡ ਨੇ ਜੋ ਕੁਛ ਵੀ ਚੂਜ਼ ਕੀਤਾ ਸੀ ਠੀਕ ਹੀ ਕੀਤਾ ਸੀ ਅੱਛਾ ਅਸੀਂ ਲਾਉਜ ਨੇ ਸਮਝਾਇਆ ਇੱਦਾਂ ਦੀਆਂ ਗੱਲਾਂ ਕਰਾਂ ਤਾਂ ਫੋਟੋ ਲੈ ਲਈ ਸੀ ਰੱਖ ਲਈ ਸੀ ਕੋਲ ਦੇਤੀ ਸੀ ਉਹਨਾਂ ਤੁਹਾਨੂੰ ਮਮ ਐਂਡ ਡੈਡ ਨੇ ਦਿਖਾਈ ਤੇ ਫਿਰ ਵਾਪਸ ਲੈ ਲਈ ਅੱਛਾ ਉਹ ਟਾਈਮ ਹੀ ਕਿਸੇ ਹੋਰ ਸੀ ਨਾ ਮਰਜ਼ੀ ਤੋਂ ਬਗੈਰ ਆਪਾਂ ਕੁਛ ਨਹੀਂ ਸੀ ਕਰ ਸਕਦੇ ਨਾ ਹੀ ਕਦੀ ਸੋਚਿਆ ਸੀ ਨਾ ਹੀ ਕਦੀ ਇੱਦਾਂ ਦੀਆਂ ਸੋਚਾਂ ਸੀਗੀਆਂ ਇੱਦਾਂ ਨਾ ਜੋ ਕੁਛ ਵੀ ਪੇਰੈਂਟਸ ਕਰਨਗੇ ਸਾਨੂੰ ਇੰਨਾ ਪਤਾ ਸੀ ਠੀਕ ਹੀ ਕਰਨਾ ਉਹਨਾਂ ਨੂੰ ਸਹੀ ਗੱਲ ਹੈ ਅੱਛਾ ਫਿਰ ਅੱਗੇ ਕਿੱਦਾਂ ਗੱਲ ਵਧੀ ਫਿਰ ਬਾਅਦ ਦੇ ਵਿੱਚ ਤੈਨੂੰ ਪਤਾ ਹੀ ਹੈ ਜਿਹੜੀ ਸਿਚੁਏਸ਼ਨ ਹੁੰਦਾ ਵੀ ਤੁਸੀਂ ਅਪਲਾਈ ਕਰ ਲੈਣਾ ਵੀਜ਼ੇ ਲਈ ਯਾਰ ਨਹੀਂ ਜਦੋਂ ਫੋਟੋ ਵਗੈਰਾ ਦਿਖਾਏ ਫਿਰ ਤੁਸੀਂ ਇੰਡੀਆ ਗਏ ਦੇਖਣ ਵਾਸਤੇ ਨਾ 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 ਅੱਛਾ ਦੇਖਣ ਵੀ ਨਹੀਂ ਗਏ ਫੋਨ ਤੇ ਗੱਲ ਕੀਤੀ ਫੋਨ ਤੇ ਵੀ ਨਹੀਂ ਚਿੱਠੀ ਲਿਖੀ ਕਿਉਂਕਿ ਚਿੱਠੀ ਚਿੱਠੀਆਂ ਸੀ ਚਿੱਠੀਆਂ ਚੱਲਦੀਆਂ ਹੁੰਦੀਆਂ ਸੀ ਕਿਦ ਘਰ ਚ ਪੰਜਾਬੀ ਚ ਲਿਖੀ ਕਿ ਇੰਗਲਿਸ਼ ਚ ਪੰਜਾਬੀ ਦੇ ਵਿੱਚ ਅੱਛਾ ਕੀ ਲਿਖਿਆ ਸੀ ਉਹ ਵੀ ਪੇਰੈਂਟਸ ਹੀ ਲਿਖਾਉਂਦੇ ਨੇ ਅੱਛਾ ਅੱਛਾ ਉਲਟੀ ਸੀ ਇਹ ਨਾ ਓਲਡ ਫੈਸ਼ਨ ਨਹੀਂ ਹੋ ਨਹੀਂ ਅਸਾ ਸੱਚਾ ਪਾਜੀ ਪਤਾ ਸੀ ਕਿ ਅੱਛਾ ਤਾਂ ਫਿਰ ਲੈਟਰ ਲਿਖਦੇ ਸੀ ਆਪ ਤੁਹਾਨੂੰ ਦੱਸਿਆ ਵੀ ਲੈਟਰ ਪਾਉਣ ਲੱਗਿਆ ਉਹ ਵੀ ਤੁਹਾਨੂੰ ਚਾਹੀਦਾ ਹੁੰਦਾ ਨਾ ਪ੍ਰੂਫ ਹੁੰਦਾ ਚਾਹੀਦਾ ਅੱਛਾ 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 ਉਹ ਲਵ ਸਟੋਰੀ ਵਾਲੀ ਚਿੱਠੀ ਨਹੀਂ ਅੱਛਾ ਉਹ ਓ ਦੈਟਸ ਫਨੀ ਕਿਹੜੀ ਚਿੱਠੀ ਇਹ ਕਿਹੜੀ ਚਿੱਠੀ ਉਹ ਜਿਹੜੀ ਸੀ ਨਾ ਚਿੱਠੀ ਆਈ ਹੈ ਉਹ ਨਹੀਂ ਉਹ ਨਹੀਂ ਉਹ ਦੂਜੀ ਚਿੱਠੀ ਸੀ ਜਿਹੜੀ ਹੋਮ ਆਫਿਸ ਮੈਂ ਸੋਚਦੀ ਕਿ ਤੁਸੀਂ ਇੱਕ ਦੂਜੇ ਨੂੰ ਮਤਲਬ ਲੈਟਰ ਲਿਖਿਆ ਨਾ 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 ਕਮਲੇਸ਼ ਇੱਥੇ ਆ ਗਈ ਸੀ ਬਾਅਦ ਦੇ ਵਿੱਚ ਇੱਥੇ ਆਣ ਕੇ ਫਿਰ ਤੁਸੀਂ ਏਅਰਪੋਰਟ ਤੇ ਠਹਿਰੋ ਹਜੇ ਤਾਂ ਦੇਖਿਆ ਵੀ ਨਹੀਂ ਏਅਰਪੋਰਟ ਫਲਾਈਟ ਕਿਹੜੀ ਸੀ ਆਪਣੇ ਇੰਡੀਅਨ ਕੁੜੀਆਂ ਆਉਂਦੀਆਂ ਸੀ ਨਾ ਉਹਨਾਂ ਨੂੰ ਤੁਸੀਂ ਹਿਸਾਬ ਦੇ ਨਾਲ ਉਹਨਾਂ ਨਾਲ ਹਿਸਾਬ ਦੇ ਨਾਲ ਮੈਂ ਕਿਹਾ ਗੱਲ ਕਰੋ ਹੱਕ ਨੂੰ ਅਤੇ ਫਿਰ ਮੈਂ ਸੋਚ ਕੇ ਲੜਾਈ ਲੜੂ ਕਰਕੇ ਮੈਂ ਕਿਹਾ ਵੀ ਇਹਨਾਂ ਨੇ ਤਾਂ ਮੇਰੀ ਹੋਣੇ ਵਾਲੀ ਵਾਈਫ ਨੂੰ ਵੀ ਤੰਗ ਕਰਨਾ ਉਹਨੂੰ ਪੱਗਾਂ ਨਾਲ ਪਾਗਲ ਠੀਕ ਹੈ ਮੈਂ ਚੁੱਪ ਕਰਕੇ ਬੈਠ ਗਿਆ ਸੀ ਅੱਛਾ ਪਰ ਉਹਨਾਂ ਨੇ ਕੋਈ ਗੱਲ ਨਹੀਂ ਇੱਦਾਂ ਦੀ ਕੀਤੀ ਪਰ ਮੈਡੀਕਲ ਕਰਕੇ ਇਹਨਾਂ ਨੂੰ ਛੇਤੀ ਭੇਜ ਦਿੱਤਾ ਸੀ ਅੱਛਾ ਓ ਦੈਟਸ ਨਾਈਸ ਅੱਛਾ ਤਾਂ ਫਿਰ ਜਦੋਂ ਤੁਸੀਂ ਫਸਟ ਟਾਈਮ ਦੇਖਿਆ ਤਾਂ ਜਿੱਦਾਂ ਦੀ ਫੋਟੋ 'ਚ ਸੀ ਉੱਦਾਂ ਦੀ ਸੀ ਲੱਗਦੇ ਰਹਿੰਦੇ ਹੋਰ ਕੋਈ ਕੁੜੀ ਤਾਂ ਨਹੀਂ ਭੇਜ ਦਿੱਤੀ ਸੀ ਅੱਛਾ ਕਿਹੜੇ ਕਲਰ ਦਾ ਸੂਟ ਪਾਇਆ ਸੀ ਯਾਦ ਇਹਦੇ ਪਿੰਕਿਸ਼ ਜਿਹਾ ਸੀਗਾ ਨਾ ਥੋੜ੍ਹਾ ਜਿਹਾ ਪਿੰਕ ਪਾਇਆ ਸੀਗਾ ਤਾਂ ਸ਼ੈਂਗੀ ਨੇ ਕਿਹੜੇ ਕਲਰ ਸ਼ਰਟ ਪਾਈ ਸੀ ਯਾਦ ਇਹਨੇ ਲੈਦਰ ਜੈਕਟ ਪੁੱਛੇ ਨੇ ਜਿਹੜੀ ਪਾਈ ਸੀ ਅੱਛਾ ਉਹ ਪਤਾ ਹੋਣਾ ਚਾਹੀਦਾ ਲੈਦਰ ਦੀ ਸੀ ਨਾ ਮੇਰੇ ਕੋ ਬ੍ਰਾਊਨ ਜੀ ਲੌਂਗ ਚੈੱਕ ਬ੍ਰਾਊਨ ਨਹੀਂ ਨਹੀਂ ਜਿੱਦਾਂ ਕੋਟ ਨਹੀਂ ਹੁੰਦਾ ਹਾਂ 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 ਸੂਟ ਵਰਗਾ ਕੋਟ ਇਦਾਂ ਅੱਛਾ ਜੈਕਟ ਪਾਈ ਸੀ ਬ੍ਰਾਊਨ ਅੱਛਾ ਅੱਛਾ ਤਾਂ ਫਿਰ ਉਹ ਹੈਲੋ ਕੀਤਾ ਬਾਬਾ ਕੀਤਾ ਹਾਂ ਇਹ ਕਿਆ ਕੀ ਕਿਆ ਨਾ ਜਾ ਕੇ ਮੈਂ ਕਿਹਾ ਠੀਕ ਆ ਤੂੰ ਠੀਕ ਆ ਸਾਲ ਹੋ ਗਏ and my Valentine. Oh, bless you. This flower. Oh. Thank you. And dinner we said khana bhi aa gaya. Okay. Thank you. Well done Kamlesh. Thank you and you Shangi. Mixed vegetable masala. Oh. Tadka taal.
ਦੇ ਦੇ ਕੇ ਹੁਣ ਭੁੱਖ ਹੋ ਰਹੀ ਹੈ। ਜਦੋਂ ਗਮਾਂ ਦੀ ਹਨੇਰੀ ਚੁੱਲ ਜਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਜਦੋਂ ਗਮਾਂ ਦੀ ਹਨੇਰੀ ਚੁੱਲ ਜਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਮਾਲਿਕ ਮੇਰੀ ਜ਼ਿੰਦਗੀ ਦਾ ਓ ਜ਼ੋਰ ਮੇਰੇ ਹੱਥਾਂ ਦਾ। ਮਾਲਿਕ ਮੇਰੀ ਜ਼ਿੰਦਗੀ ਦਾ ਓ ਜ਼ੋਰ ਮੇਰੇ ਹੱਥਾਂ ਦਾ। ਗੁੱਸੇ ਵਿੱਚ ਆਉਂਦਾ ਏ ਜਦ ਨਾਸ ਕਰੇ ਫਿਰ ਰੱਥਾਂ ਦਾ। ਗੁੱਸੇ ਵਿੱਚ ਆਉਂਦਾ ਏ ਜਦ ਨਾਸ ਕਰੇ ਫਿਰ ਰੱਥਾਂ ਦਾ। ਸਾਗਰ ਵਿੱਚ ਰਸਤਾ ਬਣਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਸਾਗਰ ਵਿੱਚ ਰਸਤਾ ਬਣਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਜਦੋਂ ਗਮਾਂ ਦੀ ਹਨੇਰੀ ਚੁੱਲ ਜਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਜ਼ੋਰਾਵਰ ਹੈ ਉਹ ਵੈਰੀ ਨੂੰ ਮਾਰ ਪਜਾਵੇ। ਜੰਗ ਵਿੱਚ ਜ਼ੋਰਾਵਰ ਹੈ ਉਹ ਵੈਰੀ ਨੂੰ ਮਾਰ ਪਜਾਵੇ। ਕਰਦਾ ਤੂੰ ਵਾਹ ਏਲੀਆ ਰੂਹ ਵਾਲੀ ਅੱਗ ਕਲਾਵੇ। ਕਰਦਾ ਤੂੰ ਵਾਹ ਏਲੀਆ ਰੂਹ ਵਾਲੀ ਅੱਗ ਕਲਾਵੇ। ਹੜ ਰੂਹ ਵਾਲੀ ਅੱਗ ਦਾ ਲਿਆਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਹੜ ਰੂਹ ਵਾਲੀ ਅੱਗ ਦਾ ਲਿਆਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਜਦੋਂ ਗਮਾਂ ਦੀ ਹਨੇਰੀ ਚੁੱਲ ਜਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਜਦ ਘੇਰਾ ਪਾਵਣ ਮਦਦ ਨੂੰ ਆਪ ਉਹ ਆਵੇ। ਦੁਸ਼ਮਣ ਜਦ ਘੇਰਾ ਪਾਵਣ ਮਦਦ ਨੂੰ ਆਪ ਉਹ ਆਵੇ। ਸਤਨੇ ਜੈਕਾਰੇ ਦੇ ਨਾਲ ਰੀਹੋਂ ਦੀ ਕੰਧ ਗਿਰਾਵੇ। ਸਤਨੇ ਜੈਕਾਰੇ ਦੇ ਨਾਲ ਰੀਹੋਂ ਦੀ ਕੰਧ ਗਿਰਾਵੇ। ਕੰਧ ਚੱਕ ਨਾ ਚੂਰ ਹੋ ਜਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਕੰਧ ਚੱਕ ਨਾ ਚੂਰ ਹੋ ਜਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਜਦੋਂ ਗਮਾਂ ਦੀ ਹਨੇਰੀ ਚੁੱਲ ਜਾਵੇ ਮੇਰੀ ਮਦਦ ਯਹੋਵਾ ਵੱਲੋਂ ਆਵੇ। ਹੋਮ ਸਵੀਟ ਹੋਮ ਖੂਬਸੂਰਤ ਦਿਨ ਹੈ, ਮੁਹੱਬਤ ਦਾ ਦਿਨ ਹੈ ਕਿ ਖੁਦਾ ਨੇ ਦੁਨੀਆਂ ਨਾਲ ਕਿੱਦਾਂ ਮੁਹੱਬਤ ਕੀਤੀ ਔਰ ਕਿੱਦਾਂ ਇਨਸਾਨਾਂ ਦੇ ਵਿੱਚ ਉਸ ਮੁਹੱਬਤ ਤੇ ਆ ਕੇ ਵਾਸ ਕੀਤਾ। ਸੋ ਆਪਣੀ ਥੋੜੀ ਸ਼ੋਰਟ ਜਿਹੀ ਟੈਸਟਮਨੀ ਦੱਸ ਸਕਦੇ ਹੋ? ਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮੈਂ ਹਿੰਦੂ ਪਰਿਵਾਰ ਦੇ ਵਿੱਚ ਸੀ ਤੇ ਮੈਨੂੰ ਤਾਂ ਕੁਛ ਮਸੀਹ ਦੇ ਬਾਰੇ ਕੁਛ ਨਹੀਂ ਸੀ ਪਤਾ, ਪਰ ਮੈਂ ਆਪਣੇ ਮੇਰੀਆਂ ਜਠਾਣੀਆਂ ਦੋਨਾਂ ਮਸੀਹ ਦੇ ਵਿੱਚ ਸੀ ਤੇ ਉਹਨਾਂ ਦੇ ਥਰੂ ਥੋੜਾ ਥੋੜਾ ਮੈਨੂੰ ਮੈਂ ਮਸੀਹ ਦੇ ਬਾਰੇ ਜਾਣਨ ਲੱਗੀ। ਪਰ ਮੈਨੂੰ ਥੋੜਾ ਇੱਕ ਸਾਲ ਲੱਗਾ ਉਹਨਾਂ ਦੀਆਂ ਗੱਲਾਂ ਸੁਣਦੀ ਨੂੰ, ਪਰ ਮੈਂ ਛੇਤੀ ਖੁਦਾਵਾਂ ਨੂੰ ਆਪਣੀ ਜ਼ਿੰਦਗੀ ਦੇ ਦਿੱਤੀ। ਪਰ ਉਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਖੁਸ਼ੀਆਂ ਵੀ ਬਹੁਤ ਮਿਲੀਆਂ ਪਰ ਪ੍ਰੋਬਲਮ ਵੀ ਬਹੁਤ ਆਈ, ਬਿਕੋਜ਼ ਮੈਂ ਚਾਹੁੰਦੀ ਸੀ ਮੇਰਾ ਹਸਬੈਂਡ ਵੀ ਮਸੀਹ ਦੇ ਵਿੱਚ ਆਵੇ ਤੇ ਮੈਨੂੰ ਕਾਫੀ ਇੰਤਜ਼ਾਰ ਕਰਨਾ ਪਿਆ। 25 ਸਾਲ ਮੂੰਹ ਨਾਲ ਕਹਿ ਦਿੰਦੇ ਹਾਂ ਪਰ ਮੈਂ ਬਹੁਤ ਸਟਰਗਲ ਕੀਤਾ ਆਪਣੀ ਲਾਈਫ ਦੇ ਵਿੱਚ, ਪਰ ਖੁਦਾਵੰਦ ਨੇ ਮੈਨੂੰ ਇੰਨੀ ਤਾਕਤ ਇੰਨੀ ਸ਼ਾਂਤੀ ਨਾਲ ਭਰਿਆ ਹੋਇਆ ਸੀ। ਪਰ ਇੱਕ ਇੱਕ ਮਿੰਟ ਮੈਨੂੰ ਉਹਨੇ ਮੇਰਾ ਸਾਥ ਦਿੱਤਾ। ਪਰ ਮੈਂ ਆਪਣੇ ਪਰਮੇਸ਼ਵਰ ਦਾ ਸ਼ੁਕਰ ਕਰਦੀ ਹਾਂ ਕਿ ਅੱਜ ਮੇਰਾ
ਪ੍ਰਭੂ ਨੇ ਮੇਰੇ ਹਸਬੈਂਡ ਨੂੰ ਵੀ ਬਦਲਿਆ। ਅੱਛਾ, ਲੇਕਿਨ ਤੁਸੀਂ ਕਿਹਾ ਕਿ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਜੋ ਤੁਸੀਂ ਚਰਚ ਜਾਂਦੇ ਹੁੰਦੇ ਸੀ ਤੇ ਮਤਲਬ ਤੁਹਾਨੂੰ ਸਟਾਪ ਕਰਦੇ ਸੀ ਚਰਚ ਜਾਣ ਤੋਂ, ਕੀ ਕਹਿੰਦੇ ਹੁੰਦੇ ਸੀਗੇ? ਨਹੀਂ ਜਾ ਸਕਦੇ। ਅੱਛਾ, ਕਾਫੀ ਨਫ਼ਰਤ ਸੀ ਇਹਨਾਂ ਨੂੰ ਮਸੀਹੀ ਲੋਕਾਂ ਦੇ ਨਾਲ। ਉਹਦੀ ਕੋਈ ਵਜ੍ਹਾ, ਖਾਸ ਵਜ੍ਹਾ? ਤੁਸੀਂ ਖਾਸ ਵਜ੍ਹਾ ਇਹ ਸੀ, ਉਹ ਕਹਿੰਦਾ ਜਿਹੜੀ ਜਦੋਂ ਔਰਤਾਂ ਮਸੀਹ ਦੇ ਵਿੱਚ ਆ ਜਾਂਦੀਆਂ ਤੇ ਆਪਣੇ ਹਸਬੈਂਡ ਨੂੰ ਛੱਡ ਜਾਂਦੀਆਂ। ਓਹ ਯੇ, ਪਰ ਮੈਨੂੰ ਖੁਦਾ ਦਾ ਵਚਨ ਇਹ ਦੱਸਦਾ ਸੀ ਕਿ ਮੈਨੂੰ ਮੇਰੇ ਆਪਣੇ ਹਸਬੈਂਡ ਨੂੰ ਮੈਂ ਨਹੀਂ ਛੱਡਣਾ, ਕਿ ਮੇਰਾ ਹਸਬੈਂਡ ਇੱਕ ਦਿਨ ਖੁਦਾ ਦੇ ਕੋਲ ਖੁਦ ਆਊਗਾ। ਕੋਈ ਇਸ ਤਰ੍ਹਾਂ ਦਾ ਤੁਹਾਡੇ ਹੋਇਆ ਸੀ ਕਮਿਊਨਿਟੀ ਵਿੱਚ ਕਿ ਕੋਈ ਕ੍ਰਿਸਚਨ ਹੋਏ ਸੀ ਤਾਂ ਉਹਨਾਂ ਨੇ ਆਪਣੀ ਫੈਮਿਲੀ ਨੂੰ ਛੱਡ ਦਿੱਤਾ? ਕਾਫੀ ਕਾਫੀ ਇਦਾਂ ਹੋਇਆ ਸੀ ਜਿੱਦਾਂ ਇਹਨਾਂ ਨੇ ਦੇਖਿਆ ਸੀ ਜਿੱਦਾਂ। ਅੱਛਾ, ਅੱਛਾ, ਫਿਰ ਇਹ ਜਿੱਦਾਂ ਇਹਨਾਂ ਦੇ ਦਿਮਾਗ ਵਿੱਚ ਇਹੀ ਸੀ, ਇਹਨੇ ਵੀ ਮਸੀਹ ਚ ਆ ਗਈ ਆ, ਹੁਣ ਇਹਨੇ ਮੈਨੂੰ ਛੱਡ ਜਾਣਾ। ਤੇ ਬਾਈਬਲ ਜਿਸਾ ਹੁਣ ਤੁਹਾਡੇ ਵਿੱਚ ਹੱਥ ਵਿੱਚ ਆ, ਬੜੀ ਆਜ਼ਾਦੀ ਦੇ ਨਾਲ ਤੁਸੀਂ ਖੋਲ ਸਕਦੇ ਹੋ, ਪੜ੍ਹ ਸਕਦੇ ਹੋ, ਲੇਕਿਨ ਉਹਨਾਂ ਦਿਨਾਂ ਦੇ ਵਿੱਚ ਕੋਈ ਐਸਾ ਵਾਕਿਆ ਸੀ ਜਦੋਂ ਕਲਾਮ ਪੜ੍ਹਨਾ ਵੀ ਮੁਸ਼ਕਿਲ ਹੋ ਜਾਂਦਾ ਸੀ? ਬਹੁਤ ਮੁਸ਼ਕਿਲ ਸੀ। ਦੱਸੋ ਕੁਛ, ਕਿਸ ਤਰ੍ਹਾਂ ਪੜ੍ਹਦੇ ਸੀ? ਕਈ ਮੈਨੂੰ ਵਰਸ਼ਿਪ ਬਹੁਤ ਅੱਛੀ ਲੱਗਦੀ ਆ, ਕਰਨੀ ਵੀ, ਸੁਣਨਾ ਵੀ। ਮੈਨੂੰ ਖੁਦਾਵਨ ਦਾ ਜਿੱਦਾਂ ਸਿੰਗਿੰਗ 'ਚ ਮੇਰਾ ਬਹੁਤ ਧਿਆਨ ਹੈ, ਜਿੱਦਾਂ ਜਦੋਂ ਮੈਂ ਕੋਈ ਸਿੰਗਰ ਬਾਹਰੋਂ ਕੋਈ ਆਉਂਦਾ ਹੁੰਦਾ ਸੀ ਤੇ ਮੈਂ ਚਾਹੁੰਦੀ ਹੁੰਦੀ ਸੀ ਉੱਥੇ ਜਾਣਾ, ਪਰ ਮੈਂ ਕਈ ਵਾਰੀ ਕਹਿ ਵੀ ਨਹੀਂ ਸੀ ਸਕਦੀ ਹੁੰਦੀ, ਪੁੱਛ ਵੀ ਨਹੀਂ ਸੀ ਸਕਦੀ ਹੁੰਦੀ। ਮੈਂ ਇੰਨਾ ਡਰਦੀ ਹੁੰਦੀ ਸੀ ਵੀ ਮੈਨੂੰ ਨਾ ਹੀ ਮਿਲਣੀ ਹੈ ਤਾਂ ਫਾਇਦਾ ਤਾਂ ਹੈ ਨਹੀਂ ਪੁੱਛਣ ਦਾ। ਤੇ ਕਈ ਵਾਰੀ ਮੈਂ ਲਿਖ ਕੇ ਵੀ ਰੱਖ ਦਿੰਦੀ ਸੀ, ਚਾਹੇ ਮੈਂ ਲਿਖ ਕੇ ਦੇ ਦੇਵਾਂ, ਹਨਾ, ਪਰ ਮੇਰਾ ਇੰਨੀ ਵੀ ਨਹੀਂ ਹਿੰਮਤ ਪੈਂਦੀ ਨਹੀਂ ਸੀ, ਮੈਂ ਕਮਾਂ ਹੀ ਜਿੱਦਾਂ, ਹਨਾ। ਫਿਰ ਮੈਂ ਕਹਿੰਦੀ ਸੀ ਕੋਈ ਗੱਲ ਨਹੀਂ, ਇੱਕ ਦਿਨ ਆਊਗਾ ਮੈਨੂੰ ਖੁਦ ਲੈ ਕੇ ਜਾਊਗਾ ਆਪ ਨਾਲ। ਤਾਂ ਹੁਣ ਮੈਂ ਖੁਦਾਵੰਦ ਦਾ ਸ਼ੁਕਰ ਕਰਦੀ ਹਾਂ, ਹੁਣ ਚਰਚ ਵੀ ਪਹਿਲਾਂ ਮੇਰੇ ਤੋਂ ਰੈਡੀ ਹੁੰਦੇ ਆ, ਪ੍ਰੇਅਰ ਮੀਟਿੰਗਾਂ ਤੇ ਵੀ ਮੇਰੇ ਤੋਂ ਪਹਿਲਾਂ ਰੈਡੀ ਹੁੰਦੇ ਆ, ਗਲੋਰੀ ਟੀਵੀ ਦੇ ਕੋਈ ਵੀ ਪ੍ਰੋਗਰਾਮ ਹੁੰਦੇ ਤੇ ਇਹ ਮੈਨੂੰ ਖੁਦ ਲਿਜਾਂਦੇ ਆ। ਹਾਲੇ ਮੈਂ ਕਹਿੰਦੀ ਹੁੰਦੀ ਬੱਚੇ ਘਰ ਇਕੱਲੇ ਆ, ਇਹਨਾਂ ਨੇ ਕਹਿਣਾ ਨਹੀਂ ਮੈਂ ਤਾਂ ਜ਼ਰੂਰ ਜਾਣਾ, ਮੈਂ ਤਾਂ ਮਿਸ ਨਹੀਂ ਕਰ ਸਕਦਾ। ਅੱਛਾ, ਉਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਮਤਲਬ ਜਾਣਾ ਪਸੰਦ ਕਰਦੇ ਸੀ ਬੰਦਗੀ ਦੇ ਵਿੱਚ ਨਾ, ਔਰ ਇਹ ਅੱਛੀ ਗੱਲ ਹੈ ਕਿ ਮਤਲਬ ਪ੍ਰਭੂ ਦੇ ਵੱਲ ਧਿਆਨ ਲਾਉਣਾ, ਤੇ ਬੱਚਿਆਂ ਦੇ ਨਾਲ ਬੱਚਿਆਂ ਦਾ ਕੀ ਸੀ, ਉਹ ਡਿਵਾਈਡ ਹੋ ਗਏ ਸੀ ਬੱਚੇ ਕਿ ਵੀ ਮਤਲਬ ਡੈਡੀ ਵੱਲ ਸੀਗੇ, ਕਿ ਜਾਂ ਕਹਿੰਦੇ ਸੀ ਮੰਮੀ ਜੋ ਕਹਿੰਦੀ ਆ ਠੀਕ ਆ ਅਸੀਂ ਮੰਮੀ ਦੀ ਗੱਲ ਨੂੰ ਮੰਨਦੇ ਹਾਂ? ਥੋੜੇ ਕੰਫਿਊਜ਼ਿੰਗ ਸੀ ਬੱਚਿਆਂ ਦੇ, ਥੋੜੀ ਕੰਫਿਊਜ਼ਿੰਗ ਸੀ ਉਦਾਂ, ਉਹ ਮਸੀਹ ਨੂੰ ਜਾਣਨਾ ਜਾਣਦੇ ਸੀ। ਅੱਛਾ, ਪਰ ਉਹ ਫਿਰ ਡੈਡ ਦੀ ਵਜ੍ਹਾ ਦੇ ਨਾਲ ਆਪਣਾ ਪੂਰਾ ਧਿਆਨ ਨਹੀਂ ਸੀ ਦਿੰਦੇ, ਪਰ ਉਹ ਹਮੇਸ਼ਾ ਮੈਨੂੰ ਇਕੱਲੀ ਨੂੰ ਵੀ ਨਹੀਂ ਸੀ ਭੇਜਦੇ, ਇੱਕ ਦਿਨ ਉਹਨਾਂ ਨੇ ਡੈਡੀ ਕੋਲ ਰਹਿਣਾ, ਇੱਕ ਦਿਨ ਮੇਰੇ ਨਾਲ ਜਾਣਾ। ਅੱਛਾ, ਜੇ ਵੱਡੀ ਡੋਟਰ ਮੇਰੇ ਨਾਲ ਜਾਈ ਤੇ ਛੋਟੀ ਨੇ ਆਪਣੇ ਡੈਡ ਕੋਲ ਰਹਿਣਾ, ਤੇ ਇਹਨਾਂ ਨੇ ਟਰਨ ਬਾਈ ਟਰਨ ਕਹਿਣਾ ਮਮ ਨੂੰ ਵੀ ਨਹੀਂ ਇਕੱਲੀ ਭੇਜਣਾ ਤੇ ਡੈਡ ਨੂੰ ਵੀ ਨਹੀਂ ਇਕੱਲੇ ਰਹਿਣ ਦੇਣਾ। ਅੱਛਾ, ਜੋ ਚਰਚ ਵਿੱਚ ਤੁਸੀਂ ਦੂਸਰੇ ਕਪਲਸ ਨੂੰ ਦੇਖਦੇ ਸੀਗੇ, ਹਨਾ, ਤੇ ਜਦੋਂ ਗਵਾਹੀ ਵਗੈਰਾ ਦਿੰਦੇ ਸੀਗੇ ਤਾਂ ਤੁਸੀਂ ਕਦੀ ਉਹਨਾਂ ਨੂੰ ਜਾ ਕੇ ਕਹਿੰਦੇ ਸੀ ਵੀ ਮੇਰੇ ਹਸਬੈਂਡ ਵਾਸਤੇ ਵੀ ਪ੍ਰਾਰਥਨਾ ਕਰਨਾ? ਅੱਛਾ, ਬਹੁਤ ਵਾਰੀ ਕਹਿੰਦੀ ਹੁੰਦੀ ਸੀ, ਜਦੋਂ ਮੈਂ ਕਿਸੇ ਟੈਸਟਮੋਨੀ ਸੁਣਦੀ ਹੁੰਦੀ ਸੀ ਤਾਂ ਮੈਂ ਕਹਿੰਦੀ ਹੁੰਦੀ ਸੀ ਖਦਾਵਨ ਤੂੰ ਮੇਰੇ ਹਸਬੈਂਡ ਨੂੰ ਵੀ ਬਦਲ ਤਾਂ ਉਹਨੂੰ ਵੀ ਲੈ ਕੇ ਆ ਚਰਚ ਦੇ ਵਿੱਚ। ਤੇ ਜਦੋਂ ਮੈਂ ਵਰਸ਼ਿਪ ਟੀਮ 'ਚ ਆਪਣਾ ਨਾਲ ਖਾਤਾ ਤਾਂ ਫਿਰ ਮੇਰੇ ਰੋਟੀ ਤੇ ਨਾਂ ਵੀ ਲਿਖਣਾ ਆ ਗਿਆ ਵੀ ਹੁਣ ਮੈਂ ਵਰਸ਼ਿਪ ਟੀਮ 'ਚ ਆ ਗਈ ਹਾਂ। ਤੇ ਫਿਰ ਮੇਰੇ ਦਿਮਾਗ 'ਚ ਇਹ ਹੁੰਦਾ ਹੁੰਦਾ ਸੀ ਵੀ ਮੈਂ ਸਟੇਜ ਤੇ ਜਾ ਕੇ ਗਾਣੇ ਗਾਉਂਗੀ ਤੇ ਲੋਕਾਂ ਨੇ ਕਹਿਣਾ ਇਹਦਾ ਹਸਬੈਂਡ ਤਾਂ ਬਦਲਿਆ ਨਹੀਂ, ਹਨਾ। ਤੇ ਮੈਨੂੰ ਕਾਫੀ ਮੇਰੇ ਕੁਐਸਚਨ ਜੇ ਮਾਇੰਡ ਦੇ ਵਿੱਚ ਆਉਣ ਲੱਗੇ, ਪਰ ਫਿਰ ਮੈਨੂੰ ਖੁਦਾਵਨ ਦੇ ਜਿੱਦਾਂ ਦਿਲ ਦੇ ਵਿੱਚ ਪਾਇਆ ਤੂੰ ਜੋ ਕੁਛ ਵੀ ਕਰਨਾ ਆਪਣੇ ਲਈ ਕਰਨਾ, ਹਨਾ। ਤੇ ਫਿਰ ਜਦੋਂ ਮੈਂ ਖੁਦਾਵਨ ਦੇ ਵਿੱਚ ਅੱਗੇ ਵੱਧਦੀ ਗਈ, ਓਕੇ ਰਾਈਟ, ਐਨੀਵੇ ਰਾਈਟ, ਜਦੋਂ ਮੈਂ ਖੁਦਾ ਦੇ ਵਿੱਚ ਆਇਆ ਤੇ ਇੱਕਦਮ ਮੇਰੀ ਜ਼ਿੰਦਗੀ 10 ਮਿੰਟਾਂ ਦੇ ਵਿੱਚ ਬਦਲ ਗਈ ਸੀਗੀ, ਕਿਉਂਕਿ ਉਦੋਂ ਦੇ ਮੁੜ ਕੇ ਲੱਗ ਕੇ ਮੈਂ ਨਾ ਪਿੱਛੇ ਨਹੀਂ ਦੇਖਿਆ। ਹੁਣ ਇਹ ਮੈਂ ਚਾਹੁੰਦਾ ਹਾਂ ਰਾਜ ਜਿੰਨੀ ਵੀ ਮੇਰੀ ਜ਼ਿੰਦਗੀ ਹੈਗੀ ਨਾ, ਕਿਉਂਕਿ ਜਿੰਨਾ ਚਿਕਰ ਅਸੀਂ ਇਸ ਧਰਤੀ ਤੇ ਹਾਂ, ਰਾਈਟ। That's nice. ਗਰਮ ਗਰਮ ਚਾਹ ਵੀ ਪੀ ਰਹੇ ਕਿਉਂਕਿ ਸਰਦੀ ਬਹੁਤ ਹੈਗੀ, ਔਰ ਖਾਣਾ ਵੀ ਖਾਧਾ ਹੈ ਨਾ, ਅਤੇ ਹੁਣ ਅਸੀਂ ਇੰਜੋਏ ਕਰ ਰਹੇ ਹਾਂ ਕਿ ਤੁਹਾਡੀ ਗੱਲਬਾਤ ਸੁਣਦੇ ਪਏ ਹਾਂ। ਸਫਰ ਬਹੁਤ ਮੈਨੂੰ ਤਾਂ ਮਤਲਬ ਇੰਸਪੀਰੇਸ਼ਨ ਮਿਲ ਰਹੀ ਹੈ, ਔਰ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਟੈਸਟਮੈਂਟ ਤੋਂ ਪ੍ਰਭਾਵਿਤ ਹੋਣਗੇ, ਕਿਉਂਕਿ ਬੇਸ਼ੱਕ ਵੈਲੈਂਟਾਈਨਸ ਡੇ ਆ, ਖੁਦਾ ਦੇ ਮੁਹੱਬਤ ਦਾ ਦਿਨ ਹੈਗਾ, ਕਿਉਂਕਿ ਸਾਡਾ ਖੁਦਾ ਹੈ ਹੀ ਮੁਹੱਬਤ। ਲੇਕਿਨ ਇਸ ਟੈਸਟਮਨੀ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਇੱਕ ਔਰਤ ਦੇ ਪਰਸਵੇਰੈਂਸ ਨੇ, ਯਾਨੀ ਕਿ ਉਹਨੇ ਨਾ ਘਰ ਖੁਦਾ ਦਾ ਦਰਵਾਜ਼ਾ ਖਟਖੜਾਉਣਾ ਨਹੀਂ ਛੱਡਿਆ, ਔਰ ਕਿੱਦਾਂ ਉਹ ਯਿਸੂ ਦੀ ਮੁਹੱਬਤ, ਉਹੀ ਯੂਹੰਨਾ 3:16 ਵਾਲੀ ਨੇ ਜਿਹੜਾ ਸੀਗਾ ਇੱਕ ਪਤੀ ਨੂੰ ਜਿੱਤ ਲਿੱਤਾ। ਸ਼ੰਗੀ ਹੋਰ ਮਤਲਬ ਜਿਸ ਤਬਦੀਲੀ ਚੇਂਜਿਸ ਜਿੱਦਾਂ ਆਈ, ਬਾਕੀਆਂ ਨੇ ਨੋਟਿਸ ਕਰਨਾ ਸ਼ੁਰੂ ਕੀਤਾ? ਬਹੁਤ ਸਪੈਸ਼ਲੀ ਕੰਮ ਤੋਂ। ਅੱਛਾ, ਸਪੈਸ਼ਲੀ ਕੰਮ ਵਾਲਿਆਂ ਨੂੰ ਪਤਾ ਸੀਗਾ ਰਾਈਟ, ਕਿਉਂਕਿ ਜਿੰਨਾ ਮੈਂ ਖਿੱਚਦਾ ਹੁੰਦਾ ਸੀ, ਇੱਕ ਤਾਂ ਮੇਰਾ ਜੋਬ ਵੀ ਇੱਦਾਂ ਦਾ ਸੀਗਾ ਕਿਉਂਕਿ ਮੈਂ ਸੀਨੀਅਰ ਪਰਸਨ ਸੀ ਉੱਥੇ, ਇੰਚਾਰਜ ਸੀਗਾ, ਅਤੇ ਜਦੋਂ ਵੀ ਮੈਂ ਕਿਸੇ ਕੋਲੋਂ ਕੰਮ ਲੈਣਾ, ਚਾਹੇ ਰੋਗ ਦੇ ਨਾਲ ਲੈਣਾ, ਚਾਹੇ ਗਾਲ ਕਰ ਦੇਣੀ, ਚਾਹੇ ਦਿਸਣ ਦਾ ਕਰ ਦੇਣਾ, ਰਾਈਟ। ਅਤੇ ਹੁਣ ਉਹਨਾਂ ਨੂੰ ਪਤਾ ਵੀ ਰਾਈਟ ਇਹ ਨਾ ਕੋਈ
ਉੱਚਾ ਬੋਲਦਾ ਆ, ਨਾ ਕੋਈ ਗਾਲ ਕਰਦਾ ਆ, ਤੇ ਜਿਹਨੂੰ ਹੰਬਲ ਹੋ ਕੇ ਨਾ ਕ੍ਰਿਸਚੀਅਨਿਟੀ ਟੀਚ ਯੂ ਟੂ ਬੀ ਹੰਬਲ ਐਨੀਵੇਅਰ, ਪਰ ਲੇਕਿਨ ਇੰਨੀ ਜਲਦੀ ਮਤਲਬ ਖੁਦਾ ਦੇ ਕਲਾਮ ਦਾ ਸਰਵਣਾ ਹੋ ਗਿਆ ਇੱਕਦਮ ਇੱਕਦਮ? ਅੱਛਾ, ਮੈਂ ਤੈਨੂੰ ਦੱਸਦਾ ਵੀ ਮੈਂ ਆਪਣੀ ਜ਼ਿੰਦਗੀ ਦਿੱਤੀ ਆ ਰਾਈਟ 1st July, 2nd July, ਜੋ ਵੀ ਘਰ ਮੇਰੇ ਜਿੱਦਾਂ ਬੀਰ ਪਈ ਹੁੰਦੀ ਸੀ ਯਾਰਾ ਬਰਾ, ਤੇ ਨੈਕਸਟ ਡੇ ਆਈ ਥਰੋ ਐਵਰੀਥਿੰਗ ਅਵੇ। ਜਦੋਂ ਤੁਸੀਂ ਪ੍ਰਭੂ ਨੂੰ ਮਤਲਬ ਤੁਹਾਨੂੰ ਕਿਸੇ ਨੇ ਕਿਹਾ ਕਿ ਇੱਦਾਂ ਪ੍ਰਾਰਥਨਾ ਕਰੋ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਿਓ, ਕਿ ਖੁਦ ਹੀ ਅੰਦਰੋਂ ਹੀ ਤੁਹਾਡੇ ਹੀ ਚੇਂਜ ਹੋਏ? ਅੰਦਰੋਂ ਇੱਕਦਮ ਹੋ ਗਿਆ ਸੀ। ਕੀ ਕਿਹਾ ਤੁਸੀਂ ਕਿ ਮਤਲਬ ਕਿੱਦਾਂ ਗੱਲਬਾਤ ਕੀਤੀ? ਆਈ ਹੈਡ ਨੋ ਫੀਲਿੰਗ ਲੈਫਟ ਫੋਰ ਅਦਰ ਥਿੰਗਸ ਡਿਜ਼ਾਇਰ ਦੇ ਲਈ। ਅੱਛਾ, ਜਿਹੜੀਆਂ ਪਹਿਲਾਂ ਹੁੰਦੀਆਂ ਸੀ। ਅੱਛਾ, ਸੋ ਇੱਕਦਮ ਹੀ ਫੀਲਿੰਗ ਜਿੱਦਾਂ ਤੁਹਾਡੀਆਂ ਨਾ, ਜਦੋਂ ਮੈਂ ਨਾ ਗਿਵਨ ਮਾਈ ਲਾਈਫ ਰਾਈਟ ਤੇ ਦ ਸੇਮ ਟਾਈਮ ਜਿੱਦਾਂ ਉਹ ਫੀਲਿੰਗ ਜਿੱਦਾਂ ਤੁਸੀਂ ਕਹਿ ਸਕਦੇ ਵੀ ਇੱਕਦਮ ਹੀ ਬਦਲ ਗਈ, ਕਿਉਂਕਿ ਬੱਚੇ ਵੀ ਕਹਿੰਦੇ ਆ ਰਾਈਟ, ਕਹਿੰਦੇ ਵੀ ਸੀ ਐਗਜ਼ਾਮਪਲ ਔਨ ਆਵਰ ਡੈਡ, ਤੇ ਉਹ ਬੱਚੇ ਤੁਹਾਨੂੰ ਪਤਾ ਵੀ ਇੱਥੇ ਦੀ ਹਾਲਾਤ ਕਿੱਦਾਂ ਦੀ ਆ ਰਾਈਟ ਜੀ ਦੇ ਵਿੱਚ ਜੀ, ਤੇ ਨਿਆਣੇ ਹੈ ਨਾ ਹਮੇਸ਼ਾ ਹੀ ਆਊਟ ਜਾਂਦੇ ਬਾਹਰ ਜਦੋਂ ਦੇਖਦੇ ਆ ਰਾਈਟ, ਇੱਕਦਮ ਉਹਨਾਂ ਨੂੰ ਯੂਰੋਪੀਅਨ ਜਿਹੜੀ ਵੈਸਟਰਨ ਲਾਈਫ ਆ ਰਾਈਟ ਉਹ ਨਾ ਡਿਫਰੈਂਟ ਉਹਨਾਂ ਦੀ ਹੋ ਜਾਂਦੀ ਆ, ਪਰ ਉਹ ਦੇਖ ਦੇਖ ਕੇ ਮੈਨੂੰ ਵੀ ਚੇਂਜ, ਉਹ ਆਪਣੇ ਆਪ ਨੂੰ ਵੀ ਚੇਂਜ ਹੋ ਗਿਆ, ਕਿਉਂਕਿ ਜਿੱਦਾਂ ਜੇ ਤੁਸੀਂ ਫੈਮਿਲੀ ਐਜ਼ ਅ ਪੇਰੈਂਟਸ ਨਹੀਂ ਨਾ ਤੁਸੀਂ ਗੁੱਡ ਐਗਜ਼ਾਮਪਲ ਬਣਦੇ, ਅਤੇ ਤੁਹਾਡੇ ਬੱਚੇ ਜਿਹੜੇ ਆ ਨਾ ਉਹਨਾਂ ਨੇ ਆਟੋਮੈਟਿਕਲੀ, ਪਰ ਇਹ ਨਹੀਂ ਮੈਂ ਕਹਿਣਾ ਰਾਈਟ ਜਿਹੜੇ ਪੇਰੈਂਟਸ ਆ ਨਾ ਗੁੱਡ ਵੀ ਆ ਉਹਨਾਂ ਦੇ ਬੱਚੇ ਬੈਡ ਵੀ ਹੋ ਸਕਦੇ ਆ ਰਾਈਟ, ਬੈਡ ਰੋਂਗ ਰਾਸਤੇ ਵੀ ਸੋਚ ਸਕਦੇ ਆ, ਪਰ ਮੈਂ ਇਹ ਕਹੂੰਗਾ ਵੀ ਆਪਾਂ ਨੂੰ ਬਹੁਤ ਜ਼ਰੂਰੀ ਆ, ਕਿਉਂਕਿ ਪੇਰੈਂਟਸ ਐਜ਼ ਅ ਹੈਡ ਆਫ ਦਾ ਹਾਊਸ ਰਾਈਟ, ਇਹਨਾਂ ਨੂੰ ਆਪਣੇ ਬੱਚਿਆਂ ਲਈ ਗੁੱਡ ਐਗਜ਼ਾਮਪਲ ਬਣਨਾ ਪੈਣਾ। ਆਮੇਨ। ਅੱਛਾ, ਬਾਕੀ ਜਿਸ ਤਰ੍ਹਾਂ ਹੁਣ ਤੁਸੀਂ ਫੇਥ ਵਿੱਚ ਆ ਗਏ, ਚਰਚ ਜਾਣਾ ਸ਼ੁਰੂ ਕੀਤਾ, ਹੁਣ ਤੁਹਾਡੇ ਮੈਂ ਸੁਣਿਆ ਕਿ ਤੁਸੀਂ ਕਿਹਾ ਕਿ ਦਿਲ ਕਰਦਾ ਕਿ ਮੈਂ ਹੁਣ ਬਸ ਖੁਦਾ ਦੀ ਬੰਦਗੀ ਕਰਾਂ, ਖੁਦਾ ਦੇ ਕੰਮ ਕਰਾਂ, ਅਤੇ ਕਮਲੇਸ਼ ਹੁਣ ਤੁਸੀਂ ਮਤਲਬ ਸਮਝਦੇ ਹੋ ਕਿ ਉਹ ਜਿਹੜਾ ਬੋਝ ਸੀਗਾ ਤੁਹਾਡਾ ਕਿ ਰਸਤਾ ਖੁਦਾਵੰਦ ਇਹਨਾਂ ਨੂੰ ਆਪਣਾ ਦਿਖਾਵੇ, ਔਰ ਅਸੀਂ ਐਜ਼ ਏ ਫੈਮਿਲੀ ਮਤਲਬ ਮਸੀਹੀ ਫੈਮਿਲੀ ਕਹਿਲਾਈਏ, ਤੁਸੀਂ ਬਹੁਤ ਪ੍ਰਾਊਡ ਫੀਲ ਕਰਦੇ ਹੋ ਖੁਦਾਵੰਦ ਜੀ 'ਤੇ? ਮੈਂ ਗਾ ਕੇ ਇੱਕਦਮ ਦੱਸਦੀ। ਅੱਛਾ ਜੀ। ਯੇਸੂ ਤੇਰਾ ਨਾਮ ਉੱਚਾ ਸਿਖਰਾਂਗੇ, ਯੇਸੂ ਤੇਰਾ ਨਾਮ ਉੱਚਾ ਸਿਖਰਾਂਗੇ, ਤੇਰੇ ਲਈ ਜੀਵਾਂਗੇ ਤੇਰੇ ਲਈ ਮਰਾਂਗੇ, ਯੇਸੂ ਤੇਰਾ ਨਾਮ ਉੱਚਾ ਸਿਖਰਾਂਗੇ। ਬਸ ਅਸੀਂ ਖੁਦਾਵੰਦ ਲਈ ਜੀਣਾ, ਖੁਦਾਵੰਦ ਲਈ ਮਰਨਾ, ਬਸ ਅਸੀਂ ਜ਼ਿੰਦਗੀ ਸਾਡੀ ਉਹਦੀ ਆ, ਉਹਦੇ ਨਾਲ ਲਾਤੀ ਬਸ। ਜਿਹੜੇ ਸਾਡੇ ਮਤਲਬ ਜੋ ਆਪਣੇ ਵਿਊਅਰਸ ਦੇਖ ਰਹੀਆਂ ਨੇ, ਕਿਉਂਕਿ ਕਈ ਔਰਤਾਂ ਇਸ ਸਿਚੁਏਸ਼ਨ ਵਿੱਚ ਐਟ ਦ ਮੋਮੈਂਟ ਹੋਣਗੀਆਂ, ਕੀ ਮੈਸੇਜ ਦਿਓਗੇ? ਬਸ ਮੈਂ ਉਹਨਾਂ ਨੂੰ ਕਹਿੰਦੀ ਨੈਵਰ ਗਿਵ ਅਪ, ਦੈਟਸ ਇਟ, ਯਾ, ਕਦੀ ਗਿਵ ਅਪ ਨਹੀਂ ਕਰਨਾ, ਐਂਡ ਆਪਣਾ ਇਮਾਨ ਪਰਮੇਸ਼ਵਰ ਤੇ ਰੱਖਣਾ, ਉਹ ਆਪਣਾ ਜਿੰਦਾ ਪਰਮੇਸ਼ਵਰ ਆ, ਸੱਚਾ ਪਰਮੇਸ਼ਵਰ ਆ, ਵਾਅਦਿਆਂ ਦਾ ਸੱਚਾ ਆ, ਜੋ ਕੁਛ ਉਹਨੇ ਲਿਖਿਆ ਆ ਆਪਣੇ ਵਚਨ ਦੇ ਰਾਹੀਂ, ਜੋ ਪ੍ਰੋਮਿਸ ਉਹਨੇ ਕੀਤੇ ਆ ਉਹ ਪੂਰੇ ਕਰਦਾ ਸਾਡੇ ਲਈ। ਚੰਗੇ, ਜਿਹੜੇ ਆਦਮੀ ਆਪਣੀ ਔਰਤਾਂ ਤੇ ਹੱਥ ਚੁੱਕਦੇ ਨੇ, ਤੁਹਾਡਾ ਕੀ ਵਿਚਾਰ ਉਹਨਾਂ ਦੇ ਬਾਰੇ ਚ? ਯਾ, ਮੈਂ ਕਹਿੰਦਾ ਹੁੰਦਾ ਵੀ ਪੰਜਾਬੀ ਦਾ ਕਹਿਣਾ ਇਹ ਆ ਵੀ ਉਹ ਕਮਜ਼ੋਰ ਆਦਮੀ ਹੁੰਦੇ ਆ, ਰਾਈਟ, ਮੁਸੀਬਤਾਂ ਆਉਂਦੀਆਂ ਸਾਰਿਆਂ ਦੇ ਵਿੱਚ ਹੀ, ਪਰ ਜੇ ਤੁਸੀਂ ਹੈ ਨਾ ਬੱਚਿਆਂ ਤੇ ਚਾਹੇ ਔਰਤ ਤੇ ਹੱਥ ਚੱਕਣ ਲੱਗ ਪੈਂਦੇ ਆ, ਰਾਈਟ, ਕੋਈ ਐਸੀ ਸਿਚੁਏਸ਼ਨ ਹੋ ਜਾਂਦੀ ਖਾਸ ਤੌਰ ਤੇ ਵੈਡਿੰਗ ਤੇ ਜਾਣਾ ਜਾਂ ਕੋਈ ਸਪੈਸ਼ਲ ਓਕੇਜ਼ਨ ਤੇ ਜਾ ਰਿਹਾ, ਔਰ ਜਿਹੜੀ ਫੇਵਰੇਟ ਟਾਈ ਹੈ ਸ਼ੈਂਗੀ ਦੀ ਲੱਭਦੀ ਨਹੀਂ ਹੈ, ਜਾਂ ਕਮਲੇਸ਼ ਦੇ ਕੋਈ ਫੇਵਰੇਟ ਕੋਈ ਐਸੀ ਜੁਐਲਰੀ ਹੈ ਜਾਂ ਕੋਈ ਸ਼ੂਜ਼ ਹੈ ਨਹੀਂ ਲੱਭ ਰਹੇ, ਉਸ ਵਕਤ ਸ਼ਾਊਟਿੰਗ ਹੁੰਦੀ ਹੈ ਕਿ ਨਹੀਂ ਹੁੰਦੀ ਘਰ ਚ? ਨਹੀਂ ਮੈਂ ਇਹਨਾਂ ਨੂੰ ਇੰਨਾ ਕਹਿੰਦਾ ਹੁੰਦਾ ਵੀ ਮੈਨੂੰ ਟਾਈਮ ਤੋਂ ਪਹਿਲਾਂ ਉੱਥੇ ਪਹੁੰਚਣਾ ਚਾਹੀਦਾ ਜ਼ਰੂਰ। ਅੱਛਾ, ਕੱਪੜੇ ਵਗੈਰਾ ਤੁਸੀਂ ਤਿਆਰ ਕਰਕੇ ਦਿੰਦੇ ਇਹਨਾਂ ਨੂੰ? ਨਹੀਂ, ਅਸੀਂ ਜਸਟ ਕਰਦੇ ਹੁੰਦੇ, ਤੁਸੀਂ ਆਪ ਆਓ। ਅੱਛਾ, ਓਕੇ, ਦੈਟਸ ਗੁੱਡ, ਕਹਿਣਾ ਮੰਨ ਲੈਂਦੇ?
ਕਪੜੇ ਪਸੰਦ ਕਰਦੇ ਜਾਂ ਪੰਜਾਬੀ ਸੂਟ ਸਾੜੀ ਜਿੱਥੇ ਪੰਜਾਬੀ ਪਾਉਣੇ ਆ ਰਾਈਟ ਉੱਥੇ ਪੰਜਾਬੀ ਓਕੇਜ਼ਨ ਦੇ ਮੁਤਾਬਕ ਹਾਂ ਜਿੱਥੇ ਵੈਸਟਰਨ ਆ ਉੱਥੇ ਵੈਸਟਰਨ ਸੋ ਇਟਸ ਨੋਟ ਅ ਵੀ ਤੁਹਾਨੂੰ ਜ਼ਰੂਰੀ ਆ ਵੀ ਆਹ ਜ਼ਰੂਰੀ ਪਾ ਕੇ ਜਾਣਾ ਠੀਕ ਹੈ 2015 ਵਿੱਚ ਕੀ ਕਰਨ ਦਾ ਇਰਾਦਾ ਹੈ ਖਤਾਬਨ ਦਾ ਕੰਮ ਬਹੁਤ ਸਾਰਾ ਕਿਸ ਤਰੀਕੇ ਨਾਲ ਇਵੈਂਜਲਿਜ਼ਮ ਕਰਕੇ ਯੈਸ ਰਿਸ਼ਤੇਦਾਰਾਂ ਨੂੰ ਚੇਂਜ ਹੋਣਾ ਦੇਖਣਾ ਚਾਹੁੰਦੇ ਲਾਈਕ ਖਾਸ ਤੌਰ ਤੇ ਮਸੀਹ ਵਿੱਚ ਆਉਣ ਮੁਕਤੀ ਪਾਉਣ ਖੁਦਾ ਦਾ ਸ਼ੁਕਰ ਕਰਦੇ ਹਾਂ ਕਿਉਂਕਿ ਖੁਦਾ ਨੇ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਰਾਈਟ ਉਹਨਾਂ ਨੂੰ ਬਹੁਤ ਸਾਰੀਆਂ ਬਰਕਤ ਦੇਣ ਅਸੀਂ ਹੋਰ ਚਾਹੁੰਦੇ ਹਾਂ ਵੀ ਉਹਨਾਂ ਦੀ ਸਾਰੀ ਇੱਕ ਨੀ ਪਰ ਮੈਂਬਰ ਪਰ ਉਹਨਾਂ ਦੀ ਸਾਰੀ ਫੈਮਿਲੀ ਜਿਹੜੀ ਖੁਦਾਵਤ ਦੇ ਵਿੱਚ ਆਵੇ ਸ਼ੰਗੀ ਤੂੰ ਸਮਝਦੇ ਕਿ ਆਈ ਵੁੱਡ ਸੇ ਐਟਲੀਸਟ 80% ਆਫ ਦਾ ਵਰਲਡ ਇੱਕ ਛੋਟੀ ਜਿਹੀ ਆਇਤ ਆ ਸੁਨਹਿਰੀ ਆਇਤ ਆ ਸਾਡੇ ਬਾਈਬਲ ਦੀ ਯੂਹੰਨਾ 3:16 ਤੁਸੀਂ ਸਮਝਦੇ ਕਿ 80% ਜਿਹੜੇ ਦੁਨੀਆਂ ਦੇ ਲੋਕ ਹੈ ਛੋਟੀ ਜਿਹੀ ਆਇਤ ਨੂੰ ਹੀ ਨਹੀਂ ਸਮਝ ਪਾ ਰਹੇ ਖੁਦਾ ਨੇ ਦੁਨੀਆਂ ਨਾਲ ਸਰਫਰਾਜ਼ ਰੱਖਿਆ ਕਿ ਖੁਦਾ ਨੇ ਦੁਨੀਆਂ ਸੇ ਐਸੀ ਮੁਹੱਬਤ ਕੀ ਕਿ ਉਸਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿਆ ਜੋ ਕੋਈ ਉਸ ਪਰ ਇਮਾਨ ਲਾਏ ਮੁਹੱਬਤ ਖੁਦਾਵੰਦ ਕੀ ਮੁਹੱਬਤ ਕੋ ਨਹੀਂ ਸਮਝ ਪਾਏ ਲੋਕ ਦੁਨੀਆਂ ਸੇ ਮੁਹੱਬਤ ਕਰਨਾ ਸ਼ੁਰੂ ਕਰ ਦੀ ਜਬ ਸੇ ਦੁਨੀਆਂ ਸੇ ਲੋਕ ਮੁਹੱਬਤ ਕਰਤੇ ਦੁਨੀਆਂ ਕੀ ਚੀਜ਼ੋ ਸੇ ਉਨਕੀ ਆਪਣੀ ਡਿਜ਼ਾਇਰ ਹੈ ਵੋ ਜੋ ਅਸਲ ਮੁਹੱਬਤ ਹੈ ਉਸਕੀ ਤਰਫ ਅਭੀ ਤੱਕ ਲੋਕ ਫਿਰੇ ਨੇ ਤੋ ਯੇ ਚੀਜ਼ੇ ਖੁਦਾਵੰਦ ਕਾ ਵਾਦਾ ਕੇ ਪਹਿਲੇ ਮੇਰੀ ਢੂੰਡੋ ਮੇਰੀ ਬਾਦਸ਼ਾਹੀ ਹੈ ਨਾ ਤੋ ਬਾਕੀ ਸਾਰੀ ਚੀਜ਼ਾਂ ਤੁਮਕੋ ਮਿਲ ਜਾਏਗੀ ਯੇ ਸਾਰੀ ਚੀਜ਼ਾਂ ਖੁਦਾਵੰਦ ਕੋ ਪਾਣੇ ਕੇ ਬਾਅਦ ਤੋ ਮਿਲਨੇ ਹੀ ਮਿਲਨੇ ਤੋ ਕਾਸ਼ ਕੇ ਯੇ ਅਸਲ ਮੇ ਇੱਕ ਮਤਲਬ ਕਿ ਇੱਕ ਤਰੀਕਾ ਕਾਰ ਹੈ ਕਾਸ਼ ਕੇ ਉਸ ਤਰੀਕੇ ਕੋ ਲੋਕ ਸਮਝ ਆਮੇਨ ਜੈਂਟਲੀ ਮੈਂ ਆਪਕੀ ਤਰਫ ਆਉਂਗੀ ਔਰ ਬਹੁਤ ਪਿਆਰਾ ਘਰ ਹੈ ਤੁਹਾਡਾ ਖੂਬਸੂਰਤ ਖੁਦਾ ਨੇ ਦਿੱਤਾ ਹੈ ਖੁਦਾ ਤੁਹਾਨੂੰ ਜ਼ਿੰਦਗੀ ਦੇਵੇ ਖੁਸ਼ੀਆਂ ਦੇਵੇ ਔਰ ਸਾਰਾ ਗੋਰੀ ਵੀਰ ਜਿੰਨੇ ਵੀ ਦੇਖ ਰਹੇ ਨਾ ਸਭ ਤੁਹਾਨੂੰ ਹੈਪੀ ਵੈਲੈਂਟਾਈਨਸ ਡੇ ਕਹਿੰਦੇ ਨੇ ਅੱਜ ਥੈਂਕ ਯੂ ਗੋਡ ਬਲੈਸ ਯੂ ਜੈਮ ਸੀ ਦੇ ਡੂ ਯੂ ਫੀਲ ਇਟਸ ਵੈਰੀ ਸਪੈਸ਼ਲ ਡੇ ਫॉर ਬੋਥ ਆਫ ਯੂ ਆਈ ਥਿੰਕ ਸੋ ਯਾ ਹੋਰ ਕੀ ਪਲਾਨ ਕਰ ਰਹੇ ਹੋ ਤੁਸੀਂ ਬਾਹਰ ਜਾ ਰਹੇ ਹੋ ਬਾਹਰ ਖਾਣਾ ਸਾਡੇ ਨਾਲ ਤੇ ਖਾਇਆ ਬਾਕੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰੋਗੇ ਆਈ ਥਿੰਕ ਵੀ ਪ੍ਰੋਬਬਲੀ ਵਿਲ ਡੂ ਦੈਟ ਐਨੀ ਵੇ ਰਾਈਟ ਕਿਉਂਕਿ ਅਸੀਂ ਹਰ ਇੱਕ ਸਾਲ ਜਾਂਦੇ ਆ ਹਾਂ ਰਾਈਟ ਤੇ ਐਕਟਿਵ ਵੀ ਜਾਵਾਂਗੇ ਓ ਦੈਟਸ ਵੰਡਰਫੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਾਨੂੰ ਇਹ ਪ੍ਰੋਗਰਾਮ ਬਣਾਉਣ ਵਾਸਤੇ ਬਹੁਤ ਖੁਸ਼ੀ ਦਿੱਤੀ ਔਰ ਸਪੈਸ਼ਲੀ ਆਪਣੀ ਪਰਸਨਲ ਲਾਈਫ ਦੇ ਵਿੱਚ ਖਾਸ ਤੌਰ 'ਤੇ ਟੈਸਟੀਮਨੀ ਦੇ ਥਰੂ ਜਿਹੜੀ ਇਨਸਾਈਟ ਦਿੱਤੀ ਉਹਦੇ ਵਾਸਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਚਾਹੋ ਤਾਂ ਦੁਆ ਦੇ ਨਾਲ ਸਾਡੇ ਵਿਊਰਸ ਨੂੰ ਬਲੈਸ ਕਰ ਸਕਦੇ ਹੋ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਤੇਰਾ ਸ਼ੁਕਰ ਤੇਰਾ ਧੰਨਵਾਦ ਕਰਦੇ ਹਾਂ ਜਿੰਦੇ ਤੇ ਸੱਚੇ ਪਰਮੇਸ਼ਵਰ ਸਾਨੂੰ ਮੌਕਾ ਦਿੱਤਾ ਕਿ ਖੁਦਾਵੰਦ ਖਦਾਇਆ ਸੱਚਮੁੱਚ ਜੋ ਵੀ ਸੱਚਮੁੱਚ ਖੁਦਾਵੰਦ ਸਾਡੀ ਜ਼ਿੰਦਗੀ ਵਿੱਚ ਤੁਸੀਂ ਸਾਨੂੰ ਬਰਕਤਾਂ ਦਿੱਤੀਆਂ ਹਨ ਕਿ ਅਸੀਂ ਦੂਸਰੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਸਕੀਏ ਵੰਡ ਸਕੀਏ ਪ੍ਰਭੂ ਯੇਸ਼ੂ ਐਨ ਖੁਦਾਵੰਦ ਮੈਂ ਦੁਆ ਕਰਦੀ ਹਾਂ ਸਾਰੇ ਜਿੰਨੇ ਵੀ ਭੈਣ ਭਰਾ ਸਟਨ ਗਲੋਰੀ ਟੀਵੀ ਦੇਖ ਰਹੇ ਹੈ ਖੁਦਾਵੰਦ ਸਾਡੀ ਟੈਸਟੀਮਨੀ ਨੂੰ ਸੁਣ ਕੇ ਪ੍ਰਭੂ ਯੇਸ਼ੂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਤੁਸੀਂ ਬਦਲ ਦਿਓ ਪ੍ਰਭੂ ਯੇਸ਼ੂ ਉਹਨਾਂ ਦੇ ਦਿਲਾਂ ਦੇ ਵਿੱਚ ਆਪਣਾ ਖੁਦਾਵੰਦ ਤੁਸੀਂ ਜਗ੍ਹਾ ਬਣਾ ਲਓ ਪਰਮੇਸ਼ਵਰ ਤੇਰਾ ਸ਼ੁਕਰ ਤੇਰਾ ਧੰਨਵਾਦ ਕਰਦੀ ਹਾਂ ਜਿੰਨੀਆਂ ਵੀ ਮੇਰੀਆਂ ਭੈਣਾਂ ਖੁਦਾਵੰਦ ਇਸ ਟਾਈਮ ਵੇਟ ਕਰ ਰਹੀਆਂ ਕਿ ਸਾਡੇ ਹਸਬੈਂਡ ਕਦੋਂ ਬਦਲਣਗੇ ਕਦੋਂ ਪ੍ਰਭੂ ਯੇਸ਼ੂ ਤੇਰੇ ਕੋਲ ਆਉਣਗੇ ਜੰਗ ਰੂਹਾਨੀ ਪੜ ਕੇ ਲੜੂੰਗਾ।